ਜੰਟ ਸਿੰਘ ਜੀ, ਮਨਜਿੰਦਰ ਸਿੰਘ ਜੀ, ਸੁਖਜੀਤ ਸਿੰਘ ਜੀ ਕਾਲਾ ਆਦਿਕ ਸੇਵਾਦਾਰ ਰਲ ਮਿਲ ਕਰਕੇ ਸਮੁੱਚੇ ਨਗਰ ਦੇ ਸਮੇਤ ਨਾਲ ਲੈ ਕਰਕੇ ਸਮੁੱਚੇ ਪ੍ਰਬੰਧ ਪਏ ਕਰਦੇ ਨੇ ਅਤੇ ਸਾਨੂੰ ਇਹਨੇ ਮਹਾਨ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਭਾਈ ਇਹ ਲੰਗਰ ਨਾਮ ਦਾ ਲੱਗਿਆ ਹੋਇਆ, ਜਿਸ ਲੰਗਰ ਦੇ ਵਿੱਚੋਂ ਆਪਾਂ ਨਾਮ ਦਾ ਭੋਜਨ ਛਕਣਾ, ਰੂਹ ਆਤਮਾ ਨੂੰ ਤ੍ਰਿਪਤ ਕਰਨ ਵਾਸਤੇ ਇਕੱਤਰ ਹੋਏ ਹਾਂ। ਸੋ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਬਹੋਨਾ, ਉਹਨਾਂ ਦਾ ਧੰਨਵਾਦ। ਹੁਣ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਲੱਗੇ ਆਉਣਾ, ਜੋ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਬੇਨਤੀ ਕਰਾਂ ਬੋਲਣ ਗੁਣ ਨਹੀਂ ਕੋਈ, ਆਰੇ ਪੈਰ ਦੇ ਕੋਲੇ ਆਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਮੇਰੀ ਪੀਰੀ ਦੇ ਮਾਲਕ ਧੰਨ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਤੋਂ ਵਰੋ ਸਾਹਿਬ ਹੋਏ ਨਗਰ ਮਹਿਰੋ ਦੀ ਸੰਗਤ ਨੇ ਰਲ ਮਿਲ ਕੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ। ਤਿੰਨ ਮਹਾਂਪੁਰਖਾਂ ਦੇ ਪਿਆਰ ਵਿੱਚ ਭਿੱਜ ਕੇ ਉਹਨਾਂ ਦੀ ਸਾਲਾਨਾ ਯਾਦ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਮਨਾ ਰਹੇ ਹਾਂ। ਸਤਿਕਾਰਯੋਗ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਔਰ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਬਾਬਾ ਜਿਉਂਦਾਸ ਜੀ, ਸਤਿਕਾਰਯੋਗ ਬਾਬਾ ਮੁਖਤਿਆਰ ਸਿੰਘ ਜੀ, ਰੰਗਲੇ ਮਹਾਂਪੁਰਖਾਂ ਦੀਆਂ ਮਿੱਠੀਆਂ ਯਾਦਾਂ, ਦੀਨ ਦੁਨੀ ਦੇ ਮਾਲਕ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਮਨਾਈਆਂ ਜਾ ਰਹੀਆਂ ਹਨ। ਤਿੰਨ ਰੋਜ਼ਾ ਗੁਰਮਤਿ ਸਮਾਗਮ ਅੰਮ੍ਰਿਤ ਵੇਲੇ ਤੋਂ ਆਰੰਭ ਹੋਇਆ, ਜਿੱਥੇ ਗੁਰੂ ਕੇ ਵਜ਼ੀਰ ਬਾਣੀ ਗਾ ਰਹੇ ਨੇ, ਉੱਥੇ ਸਮੂਹ ਸੇਵਾਦਾਰ ਭੈਣ ਭਾਈ ਨਗਰ ਨਿਵਾਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਬੰਤ ਨੌਜਵਾਨ ਬੱਚੇ ਭੈਣਾਂ ਬਜ਼ੁਰਗ ਰਲ ਮਿਲ ਕੇ ਗੁਰੂ ਬਾਬੇ ਦੇ ਚਰਨਾਂ ਵਿੱਚ ਸੰਧਿਆ ਰਾਤ ਦੇ ਦੀਵਾਨ ਅਕਾਲ ਦੀ ਕੀਰਤੀ ਵਾਸਤੇ ਸਜਾਏ ਨੇ। ਦਾਸ ਤੋਂ ਪਹਿਲਾਂ ਮਿੱਠ ਬੋਲੜੇ ਭਾਈ ਗੁਰਮੁਖ ਸਿੰਘ ਜੀ, ਜਿਨ੍ਹਾਂ ਦੀ ਮਿੱਠੀ ਰਸਨਾ ਤੋਂ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਉਸ ਵਿਚਾਰਧਾਰਾ ਸਰਵਣ ਕੀਤੀ ਹੈ, ਜਿਨ੍ਹਾਂ ਸਮਾਂ ਮਾਲਕ ਹੋਰ ਬਖਸ਼ਦੇ ਨੇ, ਅਕਾਦਰ ਚਿੱਤ ਹੋ ਕਰਕੇ ਪਰਮਾਤਮਾ ਦੀ ਰਜ਼ਾ ਅੰਦਰ ਅਰਦਾਸ ਕਰੀਏ। ਦਾਤਾਰ ਪਿਤਾ ਜੀ, ਰੰਗਲੇ ਮਹਾਂਪੁਰਖਾਂ ਦੀ ਅੰਮ੍ਰਿਤ ਯਾਦ ਆਈ ਤੇ ਅੱਜ ਮੇਰੀ ਪੀੜ੍ਹੀ ਦੇ ਮਾਲਕਾ ਤੇਰੀ ਗੋਦ ਅੰਦਰ ਗੁਰੂ ਕੇ ਸਿੱਖ ਜੁੜ ਬੈਠੇ ਨੇ। ਗੁਰਮੁਖੋ, ਇਸ ਅਨਪੜ ਬੰਦੇ ਨੂੰ ਜੋ ਬੋਲਣ ਦੀ ਆਗਿਆ, ਸਿਰ ਤੇ ਮੇਲ ਭਰਿਆ ਹੱਥ ਰੱਖੋ। ਇੰਨੀ ਜਾਤ ਨਹੀਂ, ਮਹਿਰੋ ਨਗਰ ਵਿੱਚ ਸਾਡੇ ਜਨਮ ਹੋ ਜਾਂਦੇ ਜੇ ਤੂੰ ਆਪਣੀ ਬੋਕਲ ਵਿੱਚ ਬਿਠਾਇਆ ਨਾ ਹੁੰਦਾ। ਅੱਜ ਮੇਰੀ ਪੀੜ੍ਹੀ ਦੇ ਮਾਲਕ ਧੰਨ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਤੇ ਰੰਗਲੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ। ਗੁਰਸਿੱਖੋ, ਬੜੇ ਅਦਬ ਨਾਲ ਗੁਰੂ ਬਾਬੇ ਦੀ ਬਾਣੀ ਆਦਿ ਤੋਂ ਆਰੰਭ ਹੋਈ, ਕੱਲ ਨੂੰ ਮੱਧ ਦੇ ਭੋਗ ਪੈਣਗੇ ਤੇ ਪਰਸੋਂ ਸੰਪੰਨਤਾ ਦੇ ਵੇਲੇ ਗੁਰੂ ਨਾਨਕ ਨਾਮ ਲੇਵਾ ਪਿਆਰ ਵਾਲੇ ਫਿਰ ਗੁਰੂ ਬਾਬੇ ਦੀ ਚਾਕਰੀ ਵਿੱਚ ਹੋਣਗੇ। ਮੈਂ ਅਰਧ ਆਰੰਭ ਕਰਾਂ, ਆਪਾਂ ਬਚਨ ਗੁਰੂ ਦੀ ਟੇਕ ਲਈਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਇਹ ਬਚਨ ਆਪਾਂ ਰੋਜ਼ਾਨਾ ਪੜ੍ਹਨੇ, ਜਿਹੜੇ ਗੁਰੂ ਕੇ ਸਿੱਖ ਲਹਿਰਾਜ ਸਾਹਿਬ ਜੀ ਦਾ ਪਾਠ ਸ਼ਾਮਾਂ ਦੇ ਵੇਲੇ ਕਰ ਲੈਂਦੇ ਨੇ ਜਾਂ ਜਿਹੜੇ ਸੁਣ ਲੈਂਦੇ ਨੇ, ਹਰ ਗੁਰੂ ਘਰ ਵਿੱਚੋਂ ਸ਼ਾਮਾਂ ਵੇਲੇ ਆਵਾਜ਼ ਆਉਂਦੀ ਹੈ, ਤੇਰਾ ਕੀਤਾ ਜਾਦੋ ਨਾਹੀਂ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇਰੇ ਘਰ ਵਿੱਚੋਂ ਸਤਿਗੁੰਜ ਪਈ, ਤੇਰਾ ਕੀਤਾ ਜਾਦੂ ਨਾਹੀਂ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਹਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓ ਤਰਸ ਪਿਆ ਮੇਰਾ ਹੋਈ, ਸਤਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੇ।
ਗੁਰੂ ਕੇ ਸਿੱਖੋ। ਅੱਜ ਦਿਨ ਦੇ ਤਿੰਨ ਦੀਵਾਨ ਸਨ, ਪਹਿਲਾਂ 9 ਤੋਂ 11 ਸ਼ਹਿਰ ਫਿਰੋਜ਼ਪੁਰ ਸ਼ਹਿਰ ਵਿੱਚ ਹਾਜ਼ਰੀ ਲੱਗੀ, ਫਿਰ ਤਕਰੀਬਨ 12:30 ਤੋਂ 2:30 ਵਜੇ ਦਾ ਸਮਾਂ ਬਾਘਾ ਪੁਰਾਣਾ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ 3 ਰੋਜ਼ਾ ਗੁਰਮਤਿ ਸਮਾਗਮ ਦਾ ਦਾਸ ਨੂੰ ਹੁਕਮ ਸੀ ਅਤੇ ਅੱਜ ਆਪ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਦੇ ਜੋੜਿਆਂ ਹਾਜ਼ਰ ਹੋਏ ਹਾਂ। ਗਲਾ ਸਾਥ ਦੇ ਨਾ ਦੇ, ਗੁਰੂ ਕੇ ਸਿੱਖੋ ਸਿਰ 'ਤੇ ਹੱਥ ਰੱਖਿਓ, ਗੁਰੂ ਕਲਗੀ ਵਾਲਾ ਮੇਰ ਕਰੇ, ਮੇਰੀ ਪੀੜ੍ਹੀ ਦਾ ਮਾਲਕ ਆਪੇ ਸੇਵਾ ਲੈ ਲਏਗਾ। ਗੁਰੂ ਕੇ ਪਿਆਰ ਵਾਲੇ ਇਹਦੇ ਚਰਨਾਂ ਵਿੱਚ ਗੂੰਗੇ ਬੋਲ ਪੈਂਦੇ ਨੇ, ਇਹਦੀ ਕਿਰਪਾ ਨਾਲ ਅੰਧਿਆਂ ਨੂੰ ਅੱਖ ਮਿਲ ਜਾਂਦੀ ਹੈ ਅਤੇ ਇਹਦੀ ਕਿਰਪਾ ਨਾਲ ਲੂਲੇ ਲੰਗੜੇ ਵੀ ਸਿੱਧੇ ਤੁਰਨ ਲੱਗ ਜਾਂਦੇ। ਜਦੋਂ ਆਪਾਂ ਰਹਿਮਤਾਂ ਦੇ ਪਾਤਰ ਅੱਗੇ ਅਰਦਾਸ ਕਰਾਂਗੇ, ਬਾਬਾ ਮੇਰੇ ਸਾਹ ਤੇ ਤੇਰੀ ਕਿਰਪਾ ਨਾਲ ਚੱਲਦੇ ਨੇ, ਜਦੋਂ ਤੂੰ ਰਹਿਮਤ ਦਾ ਸਿਰ ਤੇ ਹੱਥ ਟਿਕਾ ਦਿੰਦੇ ਉਦੋਂ ਤੇਰੀਆਂ ਰਹਿਮਤਾਂ ਵਰਸ ਜਾਂਦੀਆਂ ਨੇ ਤੇ ਜਦੋਂ ਤੂੰ ਮੁੱਖ ਮੋੜ ਲੈਂਦੇ ਉਦੋਂ ਉਹ ਲੱਗਦਾ ਜਿਵੇਂ ਯਾਰ ਮਾਰ ਹੁੰਦੀ ਹੋਵੇ। ਗੁਰਸਿੱਖੋ, ਸਤਿਕਾਰਯੋਗ ਸੰਤ ਬਾਬਾ ਅਜਮੇਰ ਸਿੰਘ ਜੀ, ਜਿਹਨਾਂ ਨੂੰ ਪਿਆਰ ਨਾਲ ਰੱਬ ਜੀ ਕਹਿ ਕੇ ਬੁਲਾਇਆ, ਬ੍ਰਹਮ ਗਿਆਨੀ ਸੰਤ ਬਾਬਾ ਜਿਉਣ ਦਾਸ ਜੀ। ਅੱਜ ਤੇ ਲੋਕ ਕਹਿੰਦੇ ਨੇ ਸੰਤ ਦੀ ਲੋੜ ਨਹੀਂ, ਜਿੰਨੀ ਕੁ ਕਿਸੇ ਦੀ ਰੱਬ ਨੇ ਸੋਚ ਬਣਾਈ ਹੈ ਨਾ ਉਹਨਾਂ ਤੋਂ ਬੰਦਾ ਖਿਆਲ ਪ੍ਰਗਟ ਕਰਦਾ, ਪਰ ਬਾਬੇ ਦੇ ਘਰ ਵਿੱਚੋਂ ਸੱਚ ਗੂੰਜੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ, ਨਾਮ ਰਹੇਗਾ ਹੀ ਤਾਂ ਜੇ ਜਪਣ ਵਾਲੇ ਸਾਧੂ ਰਹਿਣਗੇ ਤੇ ਸਾਧੂ ਜਿਉਂਦੇ ਹੀ ਤਾਂ ਨੇ ਜੇ ਨਾਮ ਦੀਆਂ ਬਰਕਤਾਂ। ਗੁਰਸਿੱਖੋ, ਇਸ ਧਰਤੀ ਤੇ ਅੰਮ੍ਰਿਤ ਦਾ ਮੇਘ ਪਿਆ ਵਰਸ ਰਹੇ, ਗੁਰੂ ਬਾਬੇ ਦੀ ਪਾਵਨ ਤਾਬਿਆ ਅੰਦਰ ਵੇਖੋ ਚੂਨ ਦੀ ਆਵਾਜ਼ ਨਹੀਂ, ਇੰਨੀ ਗੁਰੂ ਨੇ ਸਾਡੇ ਤੇ ਰਹਿਮਤ ਕਰ ਦਿੱਤੀ। ਜੇ ਗੁਰੂ ਦੀਆਂ ਬਖਸ਼ਾਂ ਦੇ ਪਾਤਰ ਬਣੇ ਹੋਣ ਤੇ ਇੱਥੇ ਉਮਰ ਨਹੀਂ ਲਿਖੀ ਜਾਣੀ। ਜਦੋਂ ਪਿਆਰ ਦਾ ਭੈਣੋ ਜਾਗ ਲੱਗਦਾ ਉਦੋਂ ਉਮਰ ਭਾਵੇਂ ਚੜ੍ਹਦੀ ਜਵਾਨੀ 16 ਸਾਲ ਦੀ ਹੋਵੇ, ਜਦੋਂ ਪਿਆਰ ਦੇ ਤੀਰ ਅੰਦਰ ਬਾਣ ਪੈ ਵੱਜਦੇ ਨੇ ਉਦੋਂ ਉਮਰਾਂ ਭਾਵੇਂ 80 ਕੁ ਸਾਲ ਦੀ ਹੋਵੇ, ਜਦੋਂ ਬਾਬਾ ਆਪਣੇ ਵੱਲ ਖਿੱਚ ਲੈਂਦਾ ਉਦੋਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ। ਜਿਸ ਕੰਨ ਲੱਗੀਆਂ ਸੋਈ ਜਾਣੀ, ਜਿਹਨਾਂ ਨੂੰ ਗੁਰੂ ਬਾਬੇ ਦੇ ਚਰਨਾਂ ਨਾਲ ਬਾਣ ਆਈ ਉਹਨਾਂ ਨੇ ਨਹੀਂ ਵੇਖਿਆ ਵੀ ਉੱਥੇ ਤਾਂ ਅੱਧੀ ਰਾਤ ਹੋ ਜਾਏਗੀ, ਉੱਥੇ ਮਨ ਤੋੜ ਕੇ ਤੁਰ ਪਏ ਕਿ ਬਾਬਾ ਜਿੰਨਾ ਚਿਰ ਜੀਵਾਂ ਤੇਰੇ ਚਰਨਾਂ ਵਿੱਚੋਂ ਅੰਮ੍ਰਿਤ ਦਾ ਘੁੱਟ ਪੀਵਾਂ। ਮੈਨੂੰ ਖਿਮਾ ਕਰਿਓ, ਅੱਜ ਦੋਨਾਂ ਸਮਾਗਮਾਂ ਵਿੱਚ ਜਿਹਨੇ ਅੰਮ੍ਰਿਤ ਸੰਚਾਰ ਸੀ, 5 ਪਿਆਰੇ ਸਹਿਬਾਨ ਸਮਾਪਤੀ ਦਾ ਅੱਜ ਦਿਨ ਸੀ, ਹਰ ਥਾਂ ਤੇ ਅੰਮ੍ਰਿਤ ਦੀ ਪਹੁੰਚ ਤਿਆਰ ਹੋ। ਮੈਂ ਇੱਕ ਅਰਧ ਅੰਮ੍ਰਿਤ ਵੇਲੇ ਕੀਤੀ। ਗੁਰਸਿੱਖੋ, ਜਦੋਂ ਬੰਦੇ ਦਾ ਮਨ ਨਹੀਂ ਨਾ ਮੰਨਦਾ ਉਹ ਅੰਮ੍ਰਿਤ ਪੀ ਕੇ ਵੀ ਬੇਈਮਾਨੀ ਕਰਨ ਨੂੰ ਨਹੀਂ ਹੜਦਾ। ਮੈਨੂੰ ਖਿਮਾ ਕਰੋ, ਮੂੰਹ ਛੋਟਾ ਤੇ ਗੱਲ ਵੱਡੀ, ਜਦੋਂ ਅੰਦਰੋਂ ਭੈਣੋ ਮਨ ਨਹੀਂ ਨਾ ਭੁੱਜਿਆ ਤੇ ਉਹ ਗੁਰੂ ਚਰਨਾਂ ਦੀ ਪੌਣ ਲੈ ਕੇ ਵੀ ਕਹਿੰਦਾ ਕਿ ਮੈਨੂੰ ਕਿਹੜਾ ਕੋਈ ਵਹਿੰਦਾ, ਉਹ ਆਪਣੀ ਮਨ ਮਰਜ਼ੀ ਦੇ ਖਿਆਲ ਪੈਦਾ ਕਰਦਾ। ਕਾਕੇ ਜਾਂਦੇ ਥੋੜ੍ਹੋ ਵੀ ਨਹੀਂ, ਆਪਣੀ ਦਾਲ ਨਹੀਂ ਕਰਨੀ, ਮੈਂ ਤਾਂ ਇਹਨਾਂ ਨੂੰ ਗਿੱਲ ਸਾਹਿਬ ਠਾਓ ਜੀ ਤੁਹਾਨੂੰ ਮੈਂ ਬੱਚਿਆਂ ਨੂੰ। ਗੁਰੂ ਕੇ ਪਿਆਰ ਵਾਲਿਓ, ਮੇਰੇ ਦੁਸ਼ਮਣ ਨਹੀਂ, ਪਰ ਜਦੋਂ ਇਹ ਆਪਣੇ ਰੰਗ ਵਿੱਚ ਰੰਗੇ ਨੇ ਆਪਣਾ ਧਿਆਨ ਇਹਨਾਂ ਵੱਲ ਜਾਏ, ਪਰ ਆਪਾਂ ਕੇਵਲ ਜਿਵੇਂ ਚਕੋਰ ਚੰਦਰਮਾ ਵੱਲ ਝਾਕਦੀ ਹੈ ਨਾ, ਤਾਂ ਹੁਣ ਟੁੱਟ ਭਾਵੇਂ ਜਾਏ ਚਕੋਰ ਚੰਦਰਮਾ ਵੱਲ ਝਾਕਿਓ ਨਹੀਂ ਹੜਦੀ। ਭਗਤਾਂ ਨੇ ਅੰਮ੍ਰਿਤ ਬਾਣੀ ਵਿੱਚ ਬੋਲ ਕਹਿ ਸਾਥੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਮਰ ਸੰਗ ਤੋਰੀ, ਜਿਉ ਤੁਮ ਗਿਰਵਰ ਤਿਉ ਹਮ ਮੋਰਾ, ਜਿਉ ਤੁਮ ਚੰਦ ਕੋ ਹਮ ਭਏ ਹੈ ਚਕੋਰਾ। ਗੁਰਸਿੱਖੋ, ਭਗਤਾਂ ਦੀ ਮਿੱਠੀ ਰਸਨਾ ਤੋਂ ਆਵਾਜ਼ ਨਿਕਲੀ ਕਿ ਮੇਰੇ ਬਾਬਾ ਜੇ ਤੂੰ ਚੰਦਰਮਾ ਬਣ ਜਾਏ ਅਸੀਂ ਚਕੋਰਾ ਬਣ ਕੇ ਤੇਰੇ ਦਰਸ਼ਨ ਪੈ ਤੱਕਾਂ। ਬਾਹਰਲੇ ਚੰਦਰਮਾ ਨੂੰ ਲੱਖ ਦਾਗ ਹੋਣਗੇ, ਪਰ ਬਾਬਾ ਤੂੰ ਤਾਂ ਸੂਲਾਂ ਦੀ ਸੇਜ ਵਿਛਾ ਕੇ ਵੀ ਕਿਹਾ
मित्र प्यारे नू हाल मरीदा दा कहना यार ने दा सानू सब सब चंगा पाठ खेड़ियां दा रहना सूल सराही खंजर प्याला बेद कसाईयां दा सहन आज तेरे घर दिया अमृत चकोरा तेरे दर्शन पईयां लोज दियां ते जिन्हां दे अंदर ए दर्शन दी तांग है ना उन्हां ने वेख्या साडे पैंट शर्ट पाई ਉਹਨਾਂ ਨੇ ਵੇਖਿਆ ਕੁੜਤਾ ਪਜਾਮਾ ਪਾਏ ਤੇ ਉਹਨਾਂ ਨੇ ਵੇਖਿਆ ਸਾਡੇ ਚੋਲਾ ਪਾਏ ਕੱਪੜਾ ਤਾਂ ਢਕਣ ਵਾਸਤੇ ਬਣਿਆ ਕੱਪੜਾ ਮਨ ਦੀਆਂ ਕਰਤੂਤਾਂ ਢਕਣ ਲਈ ਨਹੀਂ ਗੁਰਸਿੱਖੋ ਅੱਜ ਉਹ ਲੋਕ ਵਾਲੇ ਨੇ ਜਿਹੜੇ ਕੱਪੜੇ ਵਿੱਚ ਬੜਾ ਕੁਝ ਲਗਾ ਕੇ ਰੱਖਦੇ ਨੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਮੇਰੇ ਤੇ ਵਰਦੀ ਗੁਰੂ ਦੀ ਹੈ ਹੁਣ ਬੱਚਾ ਖਾਲਸਾ ਸਕੂਲ ਦਾ ਹੋਵੇ ਤੇ ਫਿਰਦਾ ਪੰਜਾਬ ਕੋ ਐਜੂਕੇਸ਼ਨ ਦੇ ਅੱਗੇ ਹੋਵੇ ਤੇ ਲੋਕ ਕਹਿਣਗੇ ਵਰਦੀ ਹੋਰ ਸਕੂਲ ਦੀ ਏ ਤੇ ਦਿਨ ਗੱਡੀ ਕਿਤੇ ਹੋਰ ਕਰਦਾ ਫਿਰਦਾ ਗੱਜ ਕੇ ਹੱਥ ਪਸੱਤ ਨਾ ਵਰਦੀ ਵਾਲਾ ਬੱਚਾ ਤੁਹਾਨੂੰ ਕਿਤੇ ਹੋਰ ਮਿਲ ਜਾਏ ਆਪਾਂ ਕਹਾਂਗੇ ਜਾਂ ਤਾਂ ਸਕੂਲ ਚੋਂ ਭੱਜਿਆ ਤੇ ਜਾਂ ਤੂੰ ਬਹਾਨਾ ਬਣਾ ਕੇ ਅੱਜ ਟਲਿਆ ਲੱਗਦਾ ਇਵੇਂ ਕਈਆਂ ਦੇ ਵਰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਕੂਲ ਦੀ ਏ ਤੇ ਕਰਤੂਤਾਂ ਮਾਰੀਆਂ ਗੇੜੇ ਕਿਤੇ ਹੋਰ ਕੱਢਦੇ ਨੇ ਖਿਮਾ ਕਰਿਓ ਉੱਥੇ ਹਰ ਵੇਖਣ ਵਾਲੇ ਦੀ ਭਾਵਨਾ ਬਣੇਗੀ ਕਿ ਪੜ੍ਹਦਾ ਦਸ਼ਮੇਸ਼ ਦੇ ਸਕੂਲ ਵਿੱਚ ਤੇ ਇੱਥੋਂ ਤਾਂ ਸੱਚ ਪੂਜਦੀ ਏ ਬਾਜਾਂ ਵਾਲਿਆਂ ਤੇਰੇ ਸਕੂਲ ਅੰਦਰ ਪੜ੍ਹਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਦੋਂ ਵੇਖਿਆ ਸਕੂਲ ਅੰਦਰ ਦਾਖਲ ਹੋ ਕੇ ਪੜ੍ਹਨ ਵਾਲਿਆਂ ਦੇ ਘਰਾਂ ਤੇ ਫੀਸ ਕੋਈ ਨਾ ਇੱਥੇ ਤੇ ਆਰੇ ਪਏ ਚੱਲਦੇ ਨੇ ਇੱਥੇ ਤੇ ਦੇਗਾਂ ਪਈਆਂ ਉਬਲਦੀਆਂ ਨੇ ਤੱਤੀਆਂ ਤਵੀਆਂ ਤੇ ਚੌਂਕੜੇ ਮਾਰ ਕੇ ਕਿਹਾ ਗੁਰਮੇਲੇ ਸੰਗ ਸਦਾ ਹੈ ਨਾਨੇ ਬਾਬਾ ਤੇਰੇ ਘਰ ਦੀ ਪੜ੍ਹਾਈ ਜਿਹੜੇ ਅੱਖਰ ਰੂਪੀ ਪੜ ਜਾਂਦੇ ਨੇ ਉਹ ਕਦੇ ਮੁੱਖ ਨਹੀਂ ਮੁੜਦੇ ਉਹ ਸਾਧੂ ਤਾਂ ਦੇਗਾਂ ਵਿੱਚ ਕੱਢ ਜਾਂਦੇ ਅੱਜ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹੋ ਗੁਰਸਿੱਖੋ ਭਾਵੇਂ ਕੋਈ ਭਗਵਾ ਕੱਪੜਾ ਪਾਉਂਦਾ ਹੈ ਭਾਵੇਂ ਕੋਈ ਨੀਲਾ ਖੱਟਾ ਚੋਲਾ ਚਿੱਟਾ ਪਾਉਂਦਾ ਰੱਬ ਰੰਗਾਂ ਵਿੱਚ ਨਹੀਂ ਰੱਬ ਦੇ ਦਿਲਾਂ ਨਾਲ ਰਿੱਝਦੇ ਨੇ ਜਿਹਨਾਂ ਦਿਲਾਂ ਵਿੱਚ ਭਰੋਸੇ ਨੇ ਨਾ ਉਹਨਾਂ ਦੇ ਕੰਨਾਂ ਵਿੱਚ ਸੱਚ ਆਈ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਇਨ ਹੀ ਪ੍ਰਭਾ ਗੁਰਮਖੋ ਜਿਹੜੇ ਬੰਦੇ ਦੇ ਅੰਦਰ ਲੰਬਰਦਾਰੀ ਹੈ ਨਾ ਜਗੀਰਦਾਰੀਆਂ ਦੇ ਮਾਣ ਨੇ ਉਹ ਭੁੱਲ ਜਾਂਦਾ ਹੈ ਕਿ ਕਦੇ ਕੇਰਲਾ ਦੀ ਧਰਤੀ ਦੀ ਵੈਰ ਰੋਈ ਵੀਡੀਓ ਵੇਖਣ ਉਹਨਾਂ ਦੇ ਬੰਗਲੇ ਕਿਉਂ ਰੁੜਦੇ ਦਿਸਦੇ ਨੇ ਜਿਵੇਂ ਕੋਈ ਗੋਲ ਚੀਜ਼ ਭੈਣੋ ਖੁਦੋ ਪਾਣੀ ਵਿੱਚ ਤੈਰਦੀ ਹੋਵੇ ਜਿਨ੍ਹਾਂ ਦੇ ਘਰ ਤੋਂ ਦਸ ਦਸ ਗੁਰੂ ਕੇ ਪਿਆਰੇ ਰੋਟੀ ਖਾਂਦੇ ਸਨ ਇੱਕ ਇੱਕ ਬ੍ਰੈਡ ਦੇ ਪੀਸ ਦੇ ਮੁਤਾਬ ਬਣ ਗਏ ਗੁਰਸਿੱਖੋ ਉਹ ਅਕਾਲ ਦੀ ਰਜਾ ਵਰਤਦੀ ਏ ਉਹ ਹੱਥ ਉੱਤੋਂ ਰੋਟੀ ਚੱਕਣੀ ਵੀ ਜਾਣਦਾ ਜੇ ਹੱਥ ਉੱਤੇ ਰੱਖਣੀ ਜਾਣਦਾ ਤੇ ਉਹ ਚੱਕਣੀ ਵੀ ਜਾਣਦਾ ਜੇ ਗੁੱਡੀ ਚੜ੍ਹਾਉਣ ਜਾਣਦਾ ਤੇ ਪਲਾਂ ਵਿੱਚ ਹੰਕਾਰਿਆਂ ਦੀ ਗੁੱਡੀ ਲਾਉਣ ਵੀ ਜਾਣਦਾ ਪਰ ਇੱਥੇ ਉਹ ਗੁਰੂ ਪਿਆਰ ਵਾਲੀਆਂ ਰੂਹਾਂ ਦਾ ਸਿਰਫ ਗੁਰੂ ਬਾਬੇ ਦੇ ਦਰਬਾਰ ਵਿੱਚ ਝੁਕਦਾ ਤੁਮਰੀ ਕਿਰਪਾ ਕੇ ਸਜੇ ਹਮ ਹੈ ਨਹੀਂ ਤੋ ਮੋਹ ਸੇ ਗਰੀਬ ਲੱਖਾਂ ਨੇ ਬਾਬਾ ਜਿਨ੍ਹਾਂ ਤੇ ਰਹਿਮਤਾਂ ਗੁਰੂ ਦੀਆਂ ਨੇ ਉਹ ਰੱਬ ਦੀ ਰਜਾ ਵਿੱਚ ਸੌਂਦਾ ਤੇ ਰੱਬ ਦੀ ਰਜਾ ਵਿੱਚ ਜਾਗਦੇ ਪਰ ਬੰਦਿਆ ਕਿਤੇ ਮਾਣ ਨਾ ਕਰੀ ਮੇਰੇ ਕਰਮੇ ਦੀ ਗੱਡੀ ਖਲੋਤੀ ਮੇਰੇ ਘਰ ਬਰੈਂਡਡ ਕੱਪੜੇ ਨੇ ਮੇਰਾ ਖਾਣ ਪਾਣ ਸਟੈਂਡਰਡ ਦਾ ਹੈ ਇੱਕ ਵਕਤ ਮੇਰੇ ਤੇ ਆਏਗਾ ਜਦੋਂ ਇੱਕ ਵਕਤ ਦੀ ਰੋਟੀ ਦਾ ਮੁਤਾਬ ਬਣ ਜਾਏ ਆਪਾਂ ਕਹਿੰਦੇ ਹਾਂ ਨਾ ਵੇਖੋ ਰੱਬ ਨੇ ਇਹ ਤੋਂ ਨਜ਼ਰਾਂ ਮੋੜ ਲਈਆਂ ਇਹਦਾ ਕਾਰੋਬਾਰ ਬੰਦ ਹੋ ਗਿਆ ਇਹ ਇੱਕ ਵਕਤ ਦੀ ਰੋਟੀ ਦਾ ਮੁਤਾਬ ਬਣ ਗਿਆ ਨਗਰੋ ਪੁੱਠੀ ਜੇ ਕਰੇ ਸੰਤਾਨਾ ਕਹੋ ਕਰਾਂਦਾ ਜਦੋਂ ਇਹਦੀਆਂ ਮੇਰ ਦੀਆਂ ਨਜ਼ਰਾਂ ਵੱਜੀਆਂ ਉਦੋਂ ਇੱਕ ਕਿੱਲੇ ਵਾਲਾ ਵੀ ਸਰਦਾਰ ਬਣ ਜਾ ਮੈਂ ਵਿਸ਼ਾ ਆਰੰਭ ਕਰਾਂ ਟਕਾਓ ਦੀ ਬਿਰਤੀ ਬਣ ਗਈ ਅੱਜ ਸਾਧੂਆਂ ਦੀ ਰੰਗਲੀ ਯਾਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ਰਧਾ ਦੇ ਨਮਨ ਭੇਟ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜੇ ਸਾਰਿਆਂ ਤੋਂ ਪਹਿਲਾਂ
एक बार उन्हें साधना दे करना प्रणाम करो कि सारे गरीब का साथ दियो जी। ਉਹਨਾਂ ਰੰਗਲੀਆਂ ਰੂਹਾਂ ਨੂੰ ਕਿਉਂ ਯਾਦ ਕਰਕੇ ਮਨਾਇਆ ਜਾਂਦਾ?
अज आप दो अंक लभने वक्त विचारे सो बंदा होए उन्हां रूहां की पछाण इस मेरी पीढ़ी के मालक अंदर किन्नी कु अंदर घर कर गई कि महरो नगर विच महापुरखां की रंगली याद मनाई जाती। जदों एक डेटा आउंदियां ने हर शरीर के अंदर उबाला वजदा है कि मेरे दाता जी मैनू बरकत दिओ, मैं तीन दिन आए रब के प्यारियां दे वचन सुना, तेरे चरणा में प्रीत निभावां, जिन्नी जोगै तेरे घर के लंगर की सेवा करा, ते गुरु का कीर्तन की आवाज मेरे कन्नां विच आवे, मैं वध तों वध तेरे चरणा की हाजरी पा। गुरु के प्यारे सिखो, जदों भी किसी साधु का जीवन पढ़ना तो पहला ये गल वेखनी पैगी कि जिन्हां ज्यौंदिया मरिया अपने शरीर नूं मोया बना के तुर पए, उन्हां दे शरीर दुनिया ते लग गए पर उन्हां दे मुल किन्ने कु उच्चे पै गए। गुरु प्यार वालियो, एक शरीर जुड़िया जांदा कोई मत्थे लगण नूं तैयार नहीं, भैणो चुगलखोर बेईमान धोखेबाज बंदे दे वीरो कोई मत्थे नहीं लगदा, कहिंदे यार पासा करो ये पापी तो की लैणा। ते एक रूह विच इन्नी कशिश हुंदी है आप तुरिया जाद्या भी रोक के मिलते, वह वीर होैन होा हो जिसे दिल में गुरु ने कोई गुण भर दिता उन्होंने आप खड़े भी बुलाने कि आपू बुला के सुकून मिल जाए। मेरे दाता जी तेरे घर में बेअंत रंगले महापुरख पैदा हुए ने जिन्होंने तेरे घर न निभाइया, तो जोड़ा अज का विशेष दिन ही गुरुखो जदों ये तरीक साड़ी अक्तूबर के महीने में आती है ना, हुण वेखो एक पासे बंदी छोड़ दाते का दिन नेड़े आ गया, 7 नवंबर का दिन चढ़ेगा, बंदी छोड़ दाते नूं दिल की गहराई विचों आपां सारे याद करांगे। पिछे दिन मंगिया धन गुरु रामदास जी का प्रकाश दुनिया के कोने कोने विच मनाया गया, 23 नवंबर का दिन दुनिया से चलेगा, मेरे धन गुरु नानक दियां प्यार करन वालियां रूहां बाबे दे आगमन में जुड़ जाएंगे। दिन कोई भी हो 365 दिनों विचों कोई ऐसा दिन नहीं जिदे ने अकाल पुरख ने रंगले साधुओं के पार उपकार नहीं किए, ते जिदे साधुओं ने मिठी रसना को अपने गुरु नानक नाम ले सिख संतान तारण के वचन सुनाए हो। गुरसिखो, धरती भावें आनंदपुर साहब की है, धरती भावें वह अज महरो नगर की है, जिथे जाए बहे मेरा सतगुरु थो साम सुहावा राम राजे बाबा, जेड़ी धरती ते तेरे चरण पैदांदे ने ओ धरती जगमग जगमग कर लग जांदी। ओ भागा वाली रात, भागा वाली दिन, ते भागा वाली घड़ी सुलगनी हुंदी है जदों प्यार करन वालियां रूहां तेरी बुकल विच हुंदियां। दुख उदों लगदा है जदों आपणे छुरे मारदे जिहड़ा अज दा समां है ना गुरमुखो, भैणों बगानिया तो उन्ना डर नहीं जिन्ना अपनिया का डर, कोल लैण वाला बंदा यार बन के भी मार करे फिर उहदा फुल भी रोड़े की तरह वजदा। गुरु बाबे दा दर्द लगा ते भाई दुलजा जी ने हजूर नूं चवर की सेवा आरंभ की। देखियो हुण साधु का जीवन की है, मैं केवल वह बोल तां चके ने कि अज रंगले महापुरखां की याद कदे रब जी कह के बुलाया तैनूं, मन विच जीवन दास दे हिरदे विच वासा, ब्रह्म ज्ञानी दे तत विच मनाया तैनूं, कदे भेत बदले ओ बाबे ने कदे रूहां करके दुनिया ते मंगाया तैनूं, शरीर करके चले गए हो बाबिओ अज भी दिल विच अजमाई बैठे हां, गुरु बाबे की जोत प्रकाश करके तेरी बरसी अज भी मनाई बैठे, तकने दिल दियां गहराइयां विचों दीदार तेरे पावांगे, तीन दिन करांगे गुरु नानक दे घर की सेवा। साधु मिले आ तेरा
Thank you.
ਮਾਰਗ ਆਪਣੇ ਬੱਚਿਆਂ ਦੀਆਂ ਲਾਜਾਂ ਰੱਖ ਲੈਣ। ਜੇ ਮਾਂ ਨਾ ਪੁੱਤ ਦੇ ਚਾਅ ਪੂਰੇ ਕਰੂਗੀ ਤੇ ਕਰੂੰਗਾ ਕੌਣ? ਜੇ ਪਿਓ ਨਾ ਪੁੱਤ ਦੀ ਰੀਝ ਪੂਰੀ ਕਰੂੰਗਾ ਤੇ ਕਰੂੰਗਾ ਕੌਣ? ਜੇ ਬਾਜਾਂ ਵਾਲਿਆਂ ਤੇਰੇ ਘਰ ਚੋਂ ਮੰਗਿਆ ਨਾ ਮਿਲਿਆ, ਸਾਨੂੰ ਹੋਰ ਕਿਤੋਂ ਮਿਲਣਾ ਮਿਲੇ? ਤੇਰੇ ਘਰ ਤੇ ਆਸ ਹੈ ਸਭ ਦੀ। ਤੇ ਬਾਬੇ ਦੇ ਘਰ ਵਿੱਚੋਂ ਆਵਾਜ਼ ਗੂੰਜੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ। ਨਾਨਕ ਦਾਸ ਮੁੱਖ ਤੇ ਜੋ ਬੋਲੇ ਈਹਾ ਉਹਾ, ਦੋਈ ਜਹਾਨੀ ਗੁਰਖੋ ਅਟਲ ਬਚਨ ਨੇ। ਭਾਈ ਦੂਜੇ ਦੇ ਮਨ ਵਿੱਚ ਫੁਰਨਾ ਬਣਿਆ ਵੀ ਆਵੇ, ਅਸੀਂ ਵੀ ਕਹਿੰਦੇ ਸਾਧੂ ਆ ਗਿਆ। ਨਹੀਂ, ਸਾਧੂ ਦੀ ਪਦਵੀ ਬਹੁਤ ਉੱਚੀ ਹੈ। ਸਾਧੂ ਕਮਾਈ ਦਾ ਨਾਂ ਹੈ, ਸਾਧੂ ਕਿਸੇ ਸਰੀਰ ਦਾ ਨਾਂ ਨਹੀਂ। ਸਰੀਰ ਤਾਂ ਮਰ ਜਾਂਦੇ ਆ, ਗੱਜ ਕੇ ਆਖੋ ਸਤਨਾਮ। ਇਸ ਮਿੱਟੀ ਨੇ ਇੱਕ ਦਿਨ ਮਿੱਟੀ ਹੋ ਜਾਵੇ, ਪਰ ਗੁਰ ਸਿੱਖੋ ਸਾਧੂ ਕਦੇ ਸਰੀਰ ਕਰਕੇ ਦੁਨੀਆਂ ਵਿੱਚ ਵਿਚਰਦਾ ਹੈ। ਇਹ ਚੰਦ ਤੱਕ ਚੰਦ ਦੇ ਤਾਰੇ ਨੇ, ਉਹ ਸਾਧੂ ਉਸੇ ਤਰ੍ਹਾਂ ਨਿਆਰੇ ਰਹਿੰਦੇ। ਪੰਜ ਚਾਰ ਸਾਧੂ ਉਹਦੇ ਵੇਖੇ, ਭਾਈ ਦੂਜਾ ਜੀ ਨੇ ਚਵਰ ਟਕਾ ਕੇ ਕਿਹਾ, ਬਾਬਾ ਅੱਜ ਤੇ ਸੁੱਖ ਨਾਲ ਆਪਣਾ ਪਰਿਵਾਰ ਵੱਡਾ ਹੋਵੇ। ਜਦੋਂ ਕੋਈ ਆਪਣੇ ਘਰ ਵਿੱਚ ਬੱਚਾ ਜਨਮ ਲੈਂਦਾ, ਚਾਹ ਵੀ ਚੱਕਿਆ ਜਾਂਦਾ ਗੁੜ ਬੰਨ ਲੈ, ਸਾਡਾ ਪਰਿਵਾਰ ਵੱਡਾ। ਉਹ ਤਖਤੀ ਉੱਪਰ ਲਿਖੇ, 14 ਸਾਲ ਹੋ ਗਏ ਸਾਧੂ ਬੋਲਿਆ ਨੇ, ਹੁਣ ਬਾਬਾ ਜਾਣਦਾ ਰਾਗ ਰੰਗ ਤੇ ਬਾਬੇ ਕੋਲੋਂ ਕੀ ਛੁਪੇਗਾ। ਇਹਦਾ ਕੈਮਰਾ ਤੇ ਪਾਣੀ ਵਿੱਚ ਜੀਵਾਂ ਨੂੰ ਕਵਰ ਕਰ ਲੈਂਦਾ, ਇਹਦਾ ਕੈਮਰਾ ਉੱਡੇ ਜਾਂਦੇ ਜੀਵਾਂ ਨੂੰ ਕਵਰ ਕਰ ਲੈਂਦਾ, ਸਾ ਇੱਕੋ ਕੋਲੋਂ ਮਿਲਦੇ। ਮੈਂ ਪਿਛਲੇ ਸਾਲ ਅਰਜ ਕਰਕੇ ਗਿਆ ਸੀ, ਇਹਦੀ ਨਜ਼ਰ ਕੀੜੀ ਤੇ ਵੀ ਪੈਂਦੀ ਹੈ ਤੇ ਇਹਦੀ ਨਜ਼ਰ ਵੱਡੇ ਹਾਥੀ ਤੇ ਵੀ ਪੈਂਦੀ ਹੈ। ਸਾ ਹਾਥੀ ਵੀ ਇਹ ਤੋਂ ਲੈਂਦੇ ਨੇ ਤੇ ਸਾ ਮਰ ਜਾਣੀ ਕੀੜੀ ਵੀ ਇਹ ਤੋਂ ਲੈਂਦੀ ਹੈ। ਹਾਥੀ ਨੂੰ ਬੰਨ ਦਿੱਤਾ, ਟਾਣੇ ਤੋੜ ਦਿੱਤਾ ਹੈ ਤੇ ਕੀੜੀ ਵਿਚਾਰੀ ਭੈਣੋ ਸਾਰੀ ਦਿਹਾੜੀ ਚੌਲ ਦੀ ਕਣੀ ਨਾ ਭੁੱਲਦੀ, ਫਿਰ ਕਿਤੇ ਖੱਡ ਕੋਲੇ ਜਾਂਦੀ। ਦੇਖੋ ਬਰਕਤ। ਹੁਣ ਦਾਦਾ ਰੋਮ ਰੋਮ ਦੀ ਖਬਰ ਰੱਖ, ਮਹਾਰਾਜ ਹੱਸ ਕੇ ਆਉਂਦੇ ਵੀ ਆਹ ਤਾਂ ਭਾਗਾਂ ਵਾਲਾ ਸਾਧੂ ਹੈ, 14 ਸਾਲ ਹੋ ਗਏ ਬੋਲੇ ਨੀ ਤੇ ਸਾਧੂ ਹੋਰ ਚੱਕਿਆ ਗਿਆ, ਫੂਕ ਜਾ ਗਿਆ। ਫੂਕ ਤਾਂ ਟੈਰ ਚ ਭਰ ਦਿਓ ਤੇ ਭਜਾਈ ਫਿਰਦੀ ਤੇ ਫੂਕ ਬੰਦੇ ਚ ਵੜ ਜੇ ਨਾ ਤੇ ਅੱਡੀਆਂ ਚੱਕ ਦਿੰਦੀ ਤੇ ਬਾਲੇ ਤਾਂ ਇਸੇ ਫੂਕ ਚ ਹੀ ਮਾਂਜੇ ਗਏ। ਗੱਜ ਕੇ ਆਖੋ ਸਰ, ਚਾਰ ਬੰਦੇ ਕਹਿੰਦੇ ਨਾ ਵੀ ਤੇਰੀ ਤਾਂ ਬੱਲੇ ਬੱਲੇ, ਪਰ ਸਾਧੂਆਂ ਨੂੰ ਕੋਈ ਕਿੰਨਾ ਉੱਚਾ ਕਰੀਦਾ ਤੇ ਕਿੰਨੀ ਉਹਨਾਂ ਦੀ ਕੋਈ ਨਿੰਦਿਆ ਕਰੀ ਜਾਏ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਰੇ, ਇੱਥੇ ਹਰ ਬੰਦਾ ਚਾਹੁੰਦਾ ਮੇਰੀ ਵਡਿਆਈ ਹੋਵੇ, ਮੇਰੀ ਪਿੰਡ ਵਿੱਚ ਵੀ ਚੜ੍ਹਾਈ ਹੋਵੇ, ਜਿੱਧਰ ਨੂੰ ਜਾਵਾਂ ਮੈਨੂੰ ਸਾਰਿਆਂ ਨੇ ਧੋਵਣ ਵਾਈ ਹੋਵੇ, ਕਰਨੀ ਨਾ ਪਵੇ ਕਦੇ ਕਮਾਈ ਹੋਵੇ, ਵਾਲਿਆਂ ਨੇ ਤਾਂ ਫੋਕੀ ਬਣਾਈ ਚੜ੍ਹਾਈ ਹੋਵੇ। ਜਦੋਂ ਮਹਾਰਾਜ ਨੇ ਵਡਿਆਈ ਕਰਤੀ ਨਾ ਵੀ ਆਹ ਤਾਂ ਸਾਧੂ ਵੀ ਬੱਲੇ 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 ਬੱਲੇ, ਇਹ ਤਾਂ 14 ਸਾਲ ਬੋਲੇ, ਬਾਬੇ ਦੀ ਤਾਂ ਅੱਡੀ ਚੱਕੀ ਨੀ, ਪੰਜਿਆਂ ਤੇ ਹੋ ਗਿਆ ਵੀ ਇੰਨੀ ਚੜ੍ਹਾਈ। ਇਹਨਾਂ ਨੂੰ ਪਤਾ ਹੀ ਨੀ ਜਦੋਂ ਪਾਸੇ ਪਾਸੇ ਬੋਲਦਾ, ਇਹ ਵੀ ਪਤਾ ਜਿਹਦੀ ਕਿਰਪਾ ਨਾਲ ਜੀਵ ਹਿਰਦੀ ਏ ਉਹਦੇ ਅੱਗੇ ਚਲਾਕੀ ਨਹੀਂ ਚੱਲਦੀ। ਸਹਿਰ ਸਿਆਣ ਫਲ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਹੁਣ ਵੇਖੋ ਮਹਾਰਾਜ ਦੇ ਘਰ ਦੀਆਂ ਬਰਕਤਾਂ ਕਿੰਨੀਆਂ ਤੂੰ ਦਿੰਦਾ ਤੇ ਕਿਵੇਂ ਉੱਚੇ ਚੁੱਕਦਾ। ਜਦੋਂ ਉਹ ਸਾਧੂ ਬੈਠਿਆ ਨਾ ਤੇ ਮਹਾਰਾਜ ਹੱਸ ਕੇ ਆਉਂਦੇ, ਬਈ ਐਸੇ ਸਾਧੂਆਂ ਦੀ ਸੇਵਾ ਤਾਂ ਮਾਲ ਪੂੜਿਆ ਨਾ ਕਰਨੀ ਚਾਹੀਦੀ। ਉੱਠੋ ਕੋਈ ਗੁਰੂ ਕਾ ਸਿੱਖ, ਅੱਜ ਜਿਹਦੇ ਗੱਲ ਚ ਤਖਤੀ ਪਾਈ ਹੈ ਨਾ, ਵਿਚਾਰਾ 14 ਸਾਲ ਹੋ ਗਏ ਬੋਲੇ ਨੀ ਤੇ ਬਾਲੇ ਤਾਂ ਟ੍ਰੇਨਾਂ ਚ ਮੰਗਣ ਦੇ ਮਨ ਹੀ ਚੁੱਪ ਕੀਤੇ ਫਿਰਦੇ, ਆਏ ਪੂਰੀ ਜੀ ਮਾਰ ਲਈ ਇਕਾਟਰ ਪਈਆ। ਤੇ ਜੇ ਤੁਸੀਂ 5 ਦਿਨਾਂ ਨਾ ਦਿੱਤੇ ਤੇ ਫਿਰ ਅੱਖਾਂ ਵਿੱਚ ਹੀ ਬੋਲਣਗੇ ਵੀ ਨੰਗ ਹੋ ਗਿਆ, ਰੁਪਈਏ ਹੀ ਦਿੱਤਾ। ਪਰ ਜਦੋਂ ਗੱਡੀ ਮੋਟਰ ਚੋਂ ਉੱਤਰ ਗਏ ਉਦੋਂ ਲੁਤਰੋ ਚੱਲਦੀ ਵੇਖਿਓ ਖਾਲਸਾ ਜੀ,
ਉਹ ਪਾਪੀ ਪੇਟ ਦੀ ਖਾਤਰੀ ਗੂੰਗੇ ਬਣੇ ਫਿਰਦੇ ਨਾ ਗੱਜ ਕੇ ਆਖੋ ਸਾਹਿਬ ਬਹੁਤ ਤੁਸੀਂ ਵੇਖੋਗੇ ਆਨੇ ਜੇ ਡਬੇਰ ਦੇ ਵਿੱਚ ਅੰਨੇ ਹੁੰਦੇ ਹਰ ਫੜ ਕੇ ਜੇ ਸੀਟਾਂ ਤੇ ਜਦੋਂ ਗੱਡੀ ਚੋਂ ਉਤਰ ਕੇ ਕਮਾਰਾਂ ਨੂੰ ਜਾਂਦੇ ਵੇਖੋ ਖਾਲਸਾ ਜੀ ਉਹ ਕੇਵਲ ਪਾਪੀ ਪੇਟ ਲਈ ਅੰਨੇ ਹੋਏ ਨੇ ਗੱਜ ਕੇ ਆਖੋ ਸਾਹਿਬ ਪਰ ਗੁਰਸਿੱਖੋ ਇੱਕ ਹੁੰਦਾ ਅਕਲ ਦਾ ਅੰਨਾ ਇੱਕ ਹੁੰਦਾ ਅੱਖਾਂ ਦਾ ਅੰਨਾ ਮੈਂ ਇਹ ਪ੍ਰਕਰਨ ਨਾ ਹੀ ਛੇੜਾਂ ਮੇਰਾ ਸਮਾਂ ਸੁੱਪਰ ਜੇ ਜਾਂਦਾ ਮਿੰਟ ਮੇਰੇ ਚਾਲੀ ਪੂਰੇ ਗੁਰੂ ਕੇ ਸਿੱਖੋ ਇਹ ਵੀ ਕਿਤੇ ਛੇੜਾਂਗੇ ਅਕਲ ਦਾ ਅੰਨਾ ਤੇ ਅੱਖਾਂ ਦਾ ਅੰਨਾ ਇਹਦੇ 'ਚ ਕੀ ਫਰਕ ਹੈ ਜੇ ਸਮਾਂ ਬਚਿਆ ਤਾਂ ਮੈਂ ਜ਼ਰੂਰ ਅੱਜ ਬੋਲ ਕੇ ਜਾਵਾਂਗਾ ਗੁਰੂ ਪਿਆਰ ਵਾਲਿਓ ਗੁਰੂ ਬਾਬੇ ਨੇ ਬੋਲ ਕਹਿ ਕਹਿੰਦੇ ਭਾਈ 14 ਸਾਲ ਹੋ ਗਏ ਸਾਧੂ ਦਾ ਮੌਨ ਧਾਰੇ ਤੇ ਬਾਣੀ ਤਾਂ ਕਹਿੰਦੀ ਹੈ ਚੁੱਪ ਹੈ ਚੁੱਪਣਾ ਜੇ ਲਾਏ ਰਹਾ ਬੁੱਲ ਤਾਂ ਚੁੱਪ ਕਰ ਜਾਣਗੇ ਚੰਗਰਾ ਮਨ ਨਹੀਂ ਚੁੱਪ ਕਰ ਇੱਥੇ ਬਾਲਿਆਂ ਦਾ ਤਾਂ ਬੋਲੀ ਜਾਂਦਾ ਹੋਣਾ ਕੁੰਡੀ ਸੱਟ ਕੇ ਆਏ ਕਿਤੇ ਨਾ ਹੋਵੇ ਕੋਈ ਬਾਹਰ ਹੀ ਖੋਲ ਚਾਬੀ ਫਲਾਨੇ ਅੱਟ ਥੱਲੇ ਪਈ ਹੈ ਕਿਤੇ ਨਾ ਹੋਵੇ ਪਤਾ ਹੋਵੇ ਕੋਈ ਘਰ ਲੁੱਟ ਕੇ ਨਹੀਂ ਬੁੱਲ ਚੁੱਪ ਨਹੀਂ ਅੰਦਰੋਂ ਮਨ ਬੋਲੀ ਜਾਂਦਾ ਪਰ ਗੁਰਸਿੱਖੋ ਬਾਬੇ ਦੇ ਘਰ ਦੀ ਸ਼ਾਨ ਵੱਖਰੀ ਇਹਦੀ ਤੋਰ ਵੱਖਰੀ ਇਹਦੀ ਢਾਲ ਵੱਖਰੀ ਜਦੋਂ ਗੁਰੂ ਬਾਬੇ ਨੇ ਬੋਲ ਕੇ ਕਹਿਣ ਲੱਗੇ ਵੇਖੋ ਸਾਧੂ ਦਾ ਸਬਰ 14 ਸਾਲ ਹੋ ਕੇ ਬੋਲਿਆ ਇੱਥੇ ਤਾਂ ਕੋਈ ਸਾਨੂੰ 1 ਲੱਖ ਰੁਪਈਆ ਦੇ ਵੀ ਚੁੱਪ ਕਰ ਜਾ ਆਪਾਂ ਕਹਿੰਦੇ 2 ਲੱਖ ਲੈ ਲਾ ਮੈਨੂੰ ਬੋਲਣ ਦੇ ਗੁਰਸਿੱਖੋ ਮੈਂ ਆਪਣੇ ਗਲੇ ਦਾ ਚੈੱਕਅਪ ਕਰਵਾਇਆ ਤੇ ਮੈਨੂੰ ਪਟਿਆਲੇ ਦਾ ਇੱਕ ਡਾਕਟਰ ਕਹਿੰਦਾ ਜੀ ਬੋਲਣੋ ਬੰਦ ਹੋ ਮੈਂ ਕਿਹਾ ਭਾਵੇਂ ਮਾਝੇ ਕਹਿ ਜਿਹਨੂੰ ਮੈਂ ਬੋਲੇ ਬਿਨਾਂ ਰਹਿ ਨਹੀਂ ਸਕਦਾ ਗੁਰਸਿੱਖੋ ਚੁੱਪ ਹੋਣਾ ਬਹੁਤ ਔਖਾ ਬਹੁਤ ਔਖਾ ਕਹਿ ਦਿੰਦੇ ਵੀ ਇੱਕ ਚੁੱਪ ਤੇ 100 ਸੁੱਖ ਜਿੰਨੀ ਜੋਗਾ ਹੁੰਦਾ ਮੂਹਰੋਂ ਬੰਦਾ ਜੋੜ ਲਊਗਾ ਉਹਨੂੰ ਜਵਾਬ ਦਿੰਦਾ ਕਿ ਖੜ ਜਾ ਤੈਨੂੰ ਮੈਂ ਚੁੱਪ ਕਰਾਂ ਉਹ ਗੁਰੂ ਕੇ ਸਿੱਖੋ ਇੱਥੇ ਉਸ ਅਕਾਲ ਦੀ ਰਜਾ ਵਿੱਚ ਉਹ ਸਾਧੂ ਵੀ ਆਏ ਕੋਈ ਬੁਰਾ ਵੀ ਬੋਲ ਗਿਆ ਤਾਂ ਵੀ ਚੁੱਪ ਧਾਰ ਲਈ ਗੱਲ ਕੇ ਆਖੋ ਸਤਿ ਗੁਰੂ ਬਾਬੇ ਨੇ ਬੋਲ ਕੇ ਕਹਿਣ ਲੱਗੇ 14 ਸਾਲ ਸੰਤ ਬੋਲੇ ਬਈ ਇਹਨਾਂ ਦੀ ਸੇਵਾ ਤਾਂ ਮਾਲ ਪੂੜਿਆ ਨਾ ਕਰੋ ਖੀਰਾ ਖੂਰਾ ਬਣਾਓ ਬਾਬਾ ਢਿੱਡ ਚੋਂ ਬੋਲ ਕਹਿੰਦਾ ਕਮਾਲ ਦੀ ਗੱਲ ਕਹੀ ਜਾਂਦੇ ਉਮਰ ਛੋਟੀ ਬਰਕਤਾਂ ਵੱਡੀਆਂ ਇਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਾਸੇ ਬੋਲ ਵੀ ਨਹੀਂ ਚਲੋ ਮਾਲ ਪੂੜੇ ਛਕੋ ਇੱਕ ਸਿੱਖ ਨੂੰ ਬਿਠਾਇਆ ਕਹਿੰਦੇ ਕਰ ਲੈ ਜਾ ਅਲਗੇ ਤੇ ਬਿਠਾ ਚਰਨ ਧੋਈ ਹੱਥ ਸਵਸ਼ ਕਰਾਈ ਫਿਰ ਮਾਲ ਪੂੜੇ ਛਕਾਈ ਬੜਾ ਬਾਬਾ ਖੁਸ਼ ਤੇ ਜਦੋਂ ਤੁਰਨ ਲੱਗੇ ਨਾ ਹੌਲੀ ਕਿਤੇ ਨੇ ਸੈਂਕ ਮਾਰ ਕੇ ਸਿੱਖ ਨੂੰ ਮਗਰ ਸੱਦ ਲਿਆ ਤੇ ਕੰਨ ਕਹਿੰਦੇ ਕੋਈ ਮਾਲ ਪੂੜਾ ਨਹੀਂ ਪਕਾਉਣਾ ਤਿੰਨਾਂ ਦਿਨਾਂ ਦੀ ਬੇਹੀ ਰੋਟੀ ਤੇ ਡੰਡੀ ਵਾਲੀ ਮਿਰਚ ਰੱਖ ਕੇ ਖਾ ਉਹਦੇ ਮੂੰਹ ਤੇ ਤਾਂ ਪੂੜੇ ਕਹਿੰਦੇ ਤੇ ਹੌਲੀ ਕਿਤੇ ਨੇ ਕਹਿਤਾ ਵੀ 3 ਦਿਨਾਂ ਦੀ ਬੇਹੀ ਰੋਟੀ ਤੇ ਡੰਡੀ ਵਾਲੀ ਮਿਰਚ ਖਰੀ ਹੋ ਗਈ ਹੁਣ ਬਾਬਾ ਬੜਾ ਖੁਸ਼ ਗਿਆ ਜੇ ਤਾਂ ਕੋਲੇ ਕੋਈ ਕਲਾ ਹੁੰਦੀ ਤਾਂ ਬੁੱਝ ਲੈਂਦਾ ਤੇ ਨਹੀਂ ਬਾਬੇ ਦੇ ਬੋਲ ਕਿਵੇਂ ਸੱਚ ਹੋਣੇ ਨੇ ਗਲੀ ਦਿਨਾਂ ਜਪ ਮਾਲੀਆਂ ਲੋਟੇ ਹੱਥ ਨਾ ਹਰ ਕੇ ਸੰਤ ਨਾ ਖੀਰ ਬਣਾ ਸਕੇ ਤਦ ਬਹੁਤ ਫਿਰਦੇ ਨੇ 10 ਕਿਲੋ ਝੋਨਾ ਹੋ ਗਿਆ ਬੰਦੇ ਬੰਦੇ ਹੱਡੀ ਤੇ ਵੇਚਿਆ ਜੀਵ ਚੜਾਈ ਤੇ ਅਗਲੇ ਪਿੰਡ ਚੋੜਾ ਫੇਰ ਬਲਿਖਿਆ ਵਾ ਬਚੇ ਰਿਹਾ ਜਿਹੜਾ ਇਹਨਾਂ ਦੇ ਧਾਰ ਚੜ ਗਿਆ ਭੈਣੋ ਉਹਨਾਂ ਦੇ ਮਾਝੇ ਦਾ ਦਿੰਦੇ ਆ ਭਾਈ ਪੜਿਓ ਜੀ ਫਿਰਦੇ ਜਗਵਾੜੇ ਨੇ Thank you.
सेवा सफल है जे को करे चित लाए
ਆਪਾਂ ਸ਼ਬਦ ਦੀ ਟੇਕ ਲਈ ਸੀ ਜੀ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਹੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ। ਮਹਾਰਾਜ ਮੇਰੇ ਵਰਗਾ ਨਚੀਜ ਕੋਈ ਨਹੀਂ ਤੇ ਤੇਰੇ ਵਰਗਾ ਗਿਆਨੀ ਹੋਇਆ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਧਿਆਨੀ ਕੋਈ ਨਹੀਂ, ਮੇਰੇ ਵਰਗਾ ਵਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਦੁਨੀਆਂ ਦੇ ਸਾਧੂ ਕੋਈ ਨਹੀਂ। ਸਾਧੂ ਦਾ ਆਪਣੇ ਚਰਨਾਂ ਨਾਲ ਆ, ਦੇਖੋ ਗੁਰੂ ਦੀ ਦਇਆ, ਸਾਰੇ ਅਨੰਦਪੁਰ ਦੀ ਚਾਬੀ ਭਾਈ ਲੋਚੇ ਦੇ ਹੱਥ ਤੇ ਰੱਖਦੀ, ਕਹਿੰਦੇ ਇੱਕ ਟਕੇ ਦੀ ਵੀ ਲੋੜ ਹੋਈ ਨਾ ਤੇਰੇ ਤੋਂ ਅੱਜ ਤੋਂ ਮੰਗ ਕੇ ਲਿਆ ਕਰਾਂਗੇ। ਗੱਜ ਕੇ ਆਖੋ ਵਾਹਿਗੁਰੂ ਜੀ। ਸਿੱਖੋ ਸਾਧੂ ਮਾਇਆ ਨਾਲ ਖੁਸ਼ ਨਹੀਂ ਹੁੰਦੇ, ਸਾਧੂ ਰੁਮਾਲਿਆਂ ਨਾਲ ਖੁਸ਼ ਨਹੀਂ ਹੁੰਦੇ, ਇਹ ਤਾਂ ਦਿਲੀ ਪ੍ਰੇਮ ਨਾਲ ਖੁਸ਼ ਹੁੰਦੇ ਨੇ। ਕੋਈ ਖਾਲੀ ਹੱਥੀ ਵੀ ਮੱਥਾ ਟੇਕਦੇ ਵੀ ਨਾ ਤੇ ਤਾਂ ਵੀ ਡਿੱਗਿਆਂ ਨੂੰ ਗਾਲੀਆਂ ਲਾ ਰਹੇ। ਕੜੀ ਆਪਣੀ ਚਾਲ ਭੱਜ ਗਈ, ਇੱਕ ਦੋ ਮਿੰਟ ਮੈਂ ਵੱਧ ਲੈ ਗਿਆ ਤੇ ਭੈਣਾਂ ਆਪੇ ਹੀ ਉੱਠ ਖੜੀਆਂ ਵੀ ਬਾਬਾ ਤਾਂ ਖੜੇ ਨਹੀਂ ਜਾਂਦਾ। ਗੁਰਸਿੱਖੋ ਮੇਰੀ ਬਾਤ ਇਹ ਜੀ, ਘੜੀ ਮਾੜੀ ਦੀ ਪਿੱਛੇ ਸੀ, ਮੈਂ ਤਾਂ ਪੂਰਾ ਕਰਦਾ ਸੀ ਸਮਾਂ, ਇਤਨੀ ਸੇਵਾ ਪ੍ਰਵਾਨ ਕਰਿਓ, ਅਗਲੇ ਸਾਲ ਸਾਹ ਰਹੇ ਫਿਰ ਹਾਜ਼ਰ। ਗੁਰਸਿੱਖੋ ਇੱਕ ਦਿਨ ਦੀ ਸੇਵਾ ਪ੍ਰਬੰਧ ਕਬੀਰਾਂ ਵੱਲੋਂ ਕਮੇਟੀ ਵੱਲੋਂ ਮੈਨੂੰ ਸੌਂਪੀ ਜਾਂਦੀ, ਗੁਰੂ ਆਪੇ ਮਿਲਿਆ ਤੇ ਜਿੱਥੇ ਪਿਆਰ ਹੋਵੇ ਉੱਥੇ ਦੂਰੀ ਵੀ ਲੱਗਦੀ, ਤੇ ਜਦੋਂ ਪਿਆਰ ਨਾ ਹੋਵੇ ਕੰਧ ਦੇ ਨਾਲ ਵੀ ਜਾਣਾ ਹੋਵੇ ਨਾ ਛੱਡ ਖੜਾ ਹਨੇਰਾ ਕਿਤੇ ਖੇਡਾਂ ਖਾ ਕੇ ਕੱਢੇ ਕਿਉਂਕਿ ਜਾਣ ਦਾ ਬਹਾਨਾ ਬਣਾਉਣਾ ਨਾ ਕੋਈ ਨਾ ਜਾਣਦਾ। ਅੱਜ ਵੀ ਜਿਹਨਾਂ ਨੂੰ ਪਿਆਰ ਹੈ ਉਹ ਚੌਪੜੇ ਮਾਰੀ ਬੈਠੇ, ਕੱਲ੍ਹ ਨੂੰ ਫਿਰ ਰੌੜੀ ਵਾਲੇ ਮਹਾਂਪੁਰਖ ਆਉਣਗੇ, ਪਰਸੋਂ ਬੇਅੰਤੀ ਮਹਾਂਪੁਰਖ ਆਉਣਗੇ। ਸਾਰਿਆਂ ਦੇ ਵਿਚਾਰ ਆਪਾਂ ਸਮਝੇ ਨੇ, ਇਸ ਅਨਪੜ੍ਹ ਬੱਚੇ ਦੀ ਇਤਨੀ ਸੇਵਾ ਕਰਨਾ ਅਤੇ ਨਾਲ ਹੀ ਸ਼੍ਰੀ ਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਨ ਪੁਰਾਣੇ ਵਾਲੇ, ਕਿਉਂਕਿ ਮਜਬੂਰੀ ਇਹ ਬਣ ਗਈ ਉਹਨਾਂ ਰਾਜਸਥਾਨ ਵਿੱਚ ਗੁਰੂ ਘਰ ਦੀ ਨਿਉਂ ਰੱਖੀ ਹੈ, ਉੱਥੇ ਵੀ ਕੱਲ੍ਹ ਨੂੰ ਸਮਾਗਮ, ਮੇਰੀ ਡਿਊਟੀ ਲੱਗੀ ਸੀ ਮੈਂ ਅੱਜ ਜਾਣਾ ਸੀ, ਉਹਨਾਂ ਨੇ ਤੜਕੇ ਉੱਥੇ ਹਾਜ਼ਰੀ ਦੇਣੀ ਹੈ ਸੁਬਾਹ 3 ਵਜੇ, 4 ਵਜੇ ਨੂੰ ਚਾਲੇ ਮਾਰਨੇ ਪੈਣੇ ਨੇ। ਬੁੱਢਾ ਜੌਹਰ ਸਾਹਿਬ ਤੋਂ 84 ਕਿਲੋਮੀਟਰ ਅੱਗੇ ਪੈਂਦਾ ਹੈ, ਹਰ ਮੱਸਿਆ 'ਤੇ ਬੁੱਢਾ ਜੌਹਰ ਸਾਹਿਬ ਦਾਸ ਦੀ ਡਿਊਟੀ ਲੱਗੀ, ਜਿੱਥੇ ਜਿੱਥੇ ਚੋਗਾ ਖਿਲਾਰਿਆ ਹਰ ਗਿੱਲੇ ਚੁਗਣਾ ਪੈਂਦਾ। ਮੈਂ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣਾ ਹੈ, ਉਹਨਾਂ ਦੀ ਹਾਜ਼ਰੀ ਵੀ ਪ੍ਰਬੰਧ ਕਰਿਓ, ਬੜਾ ਪ੍ਰੇਮ ਇਸ ਨਗਰ ਨਾਲ। ਸ਼੍ਰੀ ਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਮਹਾਂਪੁਰਖ ਇਸ ਇਲਾਕੇ ਦੇ ਥੰਮ, ਜਿਹਨਾਂ ਦਾ ਮਾਣ ਨਾਲ ਨਾਂ ਲਈਏ ਤਾਂ ਸਿਰ ਚੁੱਕਦਾ, ਇੰਨਾ ਪ੍ਰੇਮ ਕਰਦੀ ਹੈ ਉਹ ਰੂਹ, ਉਹ ਇਸ ਮਹਿਰੋਂ ਨਗਰ ਦਾ ਮਾਣ ਨੇ ਵੀ। ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਔਰ ਮੰਚ ਤੋਂ ਉਹਨਾਂ ਦੀ ਹਾਜ਼ਰੀ ਪ੍ਰਵਾਨ ਲਵਾਉਂਦਾ। ਕਰੋੜਾਂ ਵਾਰੀ ਹਾਰਦਿਕ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਆਪਣੇ 'ਤੇ ਬਹੁਤ ਵੱਡੀ ਰਹਿਮਤ ਕੀਤੀ। ਵੇਖੋ ਕਿੰਨੀ ਅਕਾਦਰ, ਕੋਈ ਭਾਂਡਾ ਨਹੀਂ ਖੜ ਗਿਆ, ਆਹ ਮੈਨੂੰ ਸ਼ਬਦ ਜਨਰੇਟਰ ਚੱਲਦਾ ਵੀ ਮਜਬੂਰੀ ਹੈ ਵੀ ਲਾਈਟ ਲਗਾਉਣੀ ਪਈ, ਇਹਨੂੰ ਆਪਾਂ ਰੋਕ ਨਹੀਂ ਸਕਦੇ, ਨਹੀਂ ਚਿੜੀ ਦੀ ਫਰਕ ਦੀ ਆਵਾਜ਼ ਨਹੀਂ ਕਿਸੇ ਪਾਸੇ, ਇਵੇਂ ਮਨ ਜੁੜੇ ਰਹੇ ਅਤੇ ਨਹੀਂ ਤਾਂ ਮੈਨੂੰ ਆਏ ਸੀ ਵੀ ਹਨੇਰਾ ਵਾਹ ਹੋ ਚੱਲਿਆ, ਅਗਲੀ ਸਾਲ ਤੋਂ ਨਾ ਆਪਾਂ ਥੋੜ੍ਹੀ ਜਿਹੀ ਤਬਦੀਲੀ ਕਰਾਂਗੇ ਅੱਧੇ ਘੰਟੇ, ਕਿਉਂਕਿ 10 ਵਜੇ ਨੂੰ ਸੰਪੰਨਤਾ ਹੋ ਜਾਇਆ ਕਰੇਗੀ, ਸਾਰੀ ਰਾਤ ਫਿਰ ਸੇਵਾ ਕਰਾਂਗੇ ਵਿਚਾਰਿਆਂ ਨੇ ਡਿਊਟੀਆਂ ਹੋਈ, ਸਮਾਂ ਬਣੇਗਾ ਗੁਰੂ ਬਣਾਏਗਾ। ਬੜੀ ਕਿਰਪਾ ਮਹਾਰਾਜ ਦੀ ਹੋਈ, ਕੱਲ੍ਹ ਨੂੰ ਫਿਰ ਹਾਜ਼ਰੀਆਂ ਭਰੇ, ਬੱਚਿਆਂ ਦੀ ਅਣਜਾਣ ਅਤੇ ਅਨਪੜ੍ਹਾਂ ਦੀ ਇਤਨੀ ਸੇਵਾ ਕਰਵਾ, ਮੇਰੇ ਕੋਲ ਸ਼ਬਦ ਨਹੀਂ, ਮੈਂ ਆਪਣੇ ਵੀਰਾਂ ਦਾ ਧੰਨਵਾਦ ਕਿਵੇਂ ਕਰਾਂ ਜਿਹੜੇ ਦਿਲੀ ਮੋਹ ਵਿੱਚ ਭਿੱਜੇ ਅੱਜ ਗੁਰੂ ਦੀ ਤਾਬਿਆ ਵਿੱਚ ਵੇਖੇ, ਕਿੰਨੇ ਨੌਜਵਾਨ ਬੱਚੇ ਭੈਣਾਂ ਵੀਰ ਬਜ਼ੁਰਗ ਮਹਾਰਾਜ ਦੀ ਤਾਬਿਆ ਵਿੱਚ ਵੇਖੇ ਨੇ। ਤੁਹਾਡਾ ਸਾਰਿਆਂ ਦਾ ਪ੍ਰਬੰਧਕ ਵੀਰਾਂ ਵੱਲੋਂ ਧੰਨਵਾਦ, ਸਕੱਤਰ ਸਾਹਿਬ ਉਹਨਾਂ ਦਾ ਧੰਨਵਾਦ, ਮੇਰੇ ਗਿੱਲ ਵੀਰ ਦਾ ਧੰਨਵਾਦ, ਇਸ ਇਲਾਕੇ 'ਚ ਮੇਰਾ ਸ਼ਿੰਗਾਰ ਹੈ। ਗੁਰਮੁਖੋ ਜਿੰਨੇ ਵੀ ਦੀਵਾਨ ਇਸ ਇਲਾਕੇ 'ਚ ਦੂਰ ਨੇੜੇ ਲੱਗਦੇ ਨੇ ਮੇਰਾ ਵੀਰ ਬੜਾ ਸਾਥ ਦਿੰਦਾ, ਅੱਜ ਮੈਨੂੰ ਇਉਂ ਲੱਗਦਾ ਸੀ ਮੇਰੇ 'ਚੋਂ ਬੋਲਿਆ ਨਹੀਂ ਜਾਣਾ, ਅਤੇ ਮੈਂ ਉੱਥੇ ਵੀਰ ਨੂੰ ਕਿਹਾ ਮਾੜਾ ਜਿਹਾ ਘਿਓ ਮੈਨੂੰ ਵੱਧ ਪਾ ਦੇ, ਤੂੰ ਵੀਰ ਵੀ ਹੱਸਿਆ ਵੀ ਬਾਬਾ ਘਿਓ ਮੰਗਦਾ, ਮੈਨੂੰ ਇਉਂ ਸੀ ਵੀ ਕੋਈ ਨਾੜ ਨੂੜ ਪੂਲੀ ਹੋ ਜੂ ਚੱਲ ਮਾੜੀ ਮੋਟੀ ਆਵਾਜ਼ ਨਿਕਲੂ, ਪਰ ਗੁਰੂ ਨੇ ਬਹੁਤ ਵੱਡੀ ਕਿਰਪਾ, 2 ਘੰਟੇ ਦੀ ਸੇਵਾ ਇਉਂ ਲੱਗਿਆ ਜਿਵੇਂ ਪਾਣੀ ਦੀ ਤਰ੍ਹਾਂ ਟਾਈਮ ਲੰਘ ਗਿਆ, ਮੈਨੂੰ ਤਾਂ ਨਹੀਂ ਪਤਾ ਲੱਗਿਆ। ਗੁਰਸਿੱਖੋ ਇਵੇਂ ਹੀ ਆਪਣੀ ਜ਼ਿੰਦਗੀ ਲੰਘਦੀ, ਇਹਦੇ ਗੀਤ ਗਾਉਂਦੇ, ਇਹਦੇ ਪਿਆਰ ਦੀ ਸੇਵਾ ਕਰਦਿਆਂ ਦੀ ਭੈਣੋ
ਮਾਂ ਸਿਰ ਤੇ ਹੋਵੇ ਨਾ ਧੀ ਨੂੰ ਪਤਾ ਨਹੀਂ ਲੱਗਦਾ ਮੇਚਾ ਕਦੋਂ ਵੇਖੋ ਕਦੋਂ ਮਾਂ ਜੁੱਤਾ ਪਾ ਲੈਂਦੀ ਮਾਂ ਕੱਪੜੇ ਵੀ ਲੈ ਕੇ ਆਉਂਦੇ ਪੁੱਤ ਨੂੰ ਪਿਓ ਪਤਾ ਨਹੀਂ ਲੱਗਦਾ ਪਿਓ ਸਿਰ ਤੇ ਹੋਵੇ ਕਦੋਂ ਕੋਈ ਮੋਢਿਆਂ ਬਰਾਬਰ ਆ ਗਿਆ ਤੇ ਜਿਹਦੇ ਸਿਰ ਤੋਂ ਚਲੇ ਜਾਣ ਗੁਰਮੁਖੋ ਉਹਦੇ ਦੇਹੜੀ ਤੇ ਖੜ ਕੇ ਆਪ ਵੇਖਣਾ ਪੈਂਦਾ ਕੋਈ ਘਰੇ ਆਇਆ ਕਿ ਨਹੀਂ ਆਇਆ ਥੋੜੇ ਦਿਨ ਇੱਕ ਮੈਂ ਮੰਗਣੇ ਤੇ ਗਿਆ ਉਹ ਬੱਚਾ ਮੈਨੂੰ ਬਾਹਰ ਚ ਮਿਲਿਆ ਤੇ ਮੇਰੇ ਮੱਥਾ ਛੜਕਿਆ ਵੀ ਪਿਓ ਸਿਰ ਤੇ ਨਹੀਂ ਹੋ ਉਹ ਬੱਚੇ ਨੂੰ ਮੈਂ ਪੁੱਛਿਆ ਪਿਤਾ ਜੀ ਕਿੱਥੇ ਨੇ ਅੱਖਾਂ ਭਰ ਕੇ ਆਉਂਦਾ ਜੇ ਅੱਜ ਹੁੰਦੇ ਮੇਰੀ ਥਾਂ ਤੇ ਇੱਥੇ ਉਹ ਖੜੇ ਹੁੰਦੇ ਅੱਜ ਮੇਰੀ ਜ਼ਿੰਮੇਵਾਰੀ ਹੈ ਚਾਚਿਆਂ ਤਾਇਆਂ ਨੂੰ ਸਭ ਨੂੰ ਬੁਲਾਉਣਾ ਡਿਊਟੀਆਂ ਲਾਉਣੀਆਂ ਤੇ ਸਾਡੇ ਮਾਂ ਪਿਓ ਨੇ ਵੀਰੋ ਜਿੰਨਾ ਚਿਰ ਸਿਰ ਤੇ ਨੇ ਬਿਨਾਂ ਪਰਾਂ ਤੋਂ ਉੱਡੋਗੇ ਬਿਨਾਂ ਪਰਾਂ ਤੋਂ ਬਾਬੇ ਬੁੱਢੇ ਨੂੰ ਇੱਕੋ ਗੱਲ ਕਹੀ ਸੀ ਬਾਬਾ 118 ਸਾਲ ਦਾ ਸਾਧੂਆ ਕਿਤੇ ਗੇੜਾ ਨਾ ਖਾਜੀ ਤੇ ਬਾਬਾ ਬੁੱਢਾ ਦਾ ਜਿੰਨਾ ਚਿਰ ਤੇਰਾ ਸਿਰ ਤੇ ਹੱਥ ਆ ਉਨਾ ਚਿਰ ਕਦੀ ਗੇੜਾ ਖਾਂਦਾ ਤੇ ਜਦੋਂ ਤੂੰ ਨਜ਼ਰਾਂ ਮੋੜ ਲਈਆਂ ਨੌਜਵਾਨ 18-18 ਸਾਲ ਦੇ ਵੀ ਗੇੜੇ ਖਾ ਲੈਂਦੇ ਆ ਗੱਜ ਕਿਉਂ ਵਾਹਿਗੁਰੂ ਜੀ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਆਇਓ ਨਹੀਂ ਤਾਂ ਭੈਣੋ ਇੱਥੇ ਸੱਤਿਆ ਨਿਕਲ ਜਾਂਦਾ ਪਤਾ ਨਹੀਂ ਲੱਗਦਾ ਅਜੇ ਤੱਕ ਰੇਲਾਂ ਚੋਂ ਟੈਰਾਂ ਚੋਂ ਗੁੱਟ ਕੱਢੀ ਜਾਂਦੇ ਆ ਜਿਹੜੇ ਬੜੇ ਚਾਵਾਂ ਨਾਲ ਆਏ ਸੀ ਤੇ ਮਿੱਟੀ ਪੱਲੀਆਂ ਚ ਬਣ ਬਣ ਕੇ ਗਈ ਗੱਜ ਕੇ ਆਪਸ ਵਾਹਿਗੁਰੂ ਜੀ ਉਹਦਾ ਮਾਣ ਕਰਦਾ ਪਤਾ ਨਹੀਂ ਸਰੀਰ ਦੇ ਕਿੰਨੇ ਹਿੱਸੇ ਹੋ ਜਾਣ ਕਿਹੜੇ ਤਰੀਕੇ ਨਾਲ ਰੱਬ ਨੇ ਵਿਧਾਣਾ ਵੇਖਣ ਯੋਗ ਨਹੀਂ ਦਿੱਤਾ ਪਰ ਜਿਹੜਾ ਦਿਨ ਸਿਖੜ ਕੇ ਵੀਰਾਂ ਦੇ ਪਿਆਰ ਵਿੱਚ ਨੰਗੇ ਉਹ ਦਿਨ ਗੁਰੂ ਦੀ ਰਜ਼ਾ ਵਿੱਚ ਸੌਖਾ ਟੱਪੂਗਾ ਗੱਜ ਕੇ ਆਖੋ ਵਾਹਿਗੁਰੂ ਜੀ ਆਪਣੀ ਸੇਵਾ ਪ੍ਰਵਾਨ ਸਾਹਿਬ ਦੀਆਂ 6 ਪੌੜੀਆਂ ਰਲ ਕੇ ਪੜ੍ਹੀਏ ਕਿਰਪਾ ਕਰੋ ਜਿਵੇਂ ਪਹਿਲਾਂ ਜਾਣਾ ਜਾਣਾ ਮਾਂ ਜੀ ਭੁੱਖ
ਦੇਵਾਂ ਦੇਵ ਉਪਮਾ ਮਹਾਨ ਸ਼ਬਦ ਗੁਰੂ ਅਵਤਾਰ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਮਾਰੇ ਗੁਰੂ ਸਵਾਈ ਸਾਹਿਬ ਸੰਗਤ ਜੀ ਮਹਾਰਾਜ ਜੀ ਕੇ ਅਦਬ ਵਿੱਚ ਆਓ, ਸਤਿਕਾਰ ਵਿੱਚ ਆਓ, ਆਪਾਂ ਰਲ ਮਿਲ ਕੇ ਕੀਰਤਨ ਕਰੀਏ। ਅਸੀਸ ਦਿਓ, ਗੱਜ ਕੇ ਬੰਦੇ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਪਿੰਡ ਮਹਿਰੋਂ ਅਤੇ ਸੰਤ ਬਾਬਾ ਜਿਉਂ ਦਾਸ ਜੀ ਦੀ 34ਵੀਂ ਵਰਸੀ, ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਉਹਨਾਂ ਦੀ 20ਵੀਂ ਵਰਸੀ ਅਤੇ ਸੰਤ ਮੁਖਤਿਆਰ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਦੇ ਵਿੱਚ ਸਾਨੂੰ ਮਿਲ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਗੁਰਦੇਵ ਪਿਤਾ ਜੀ ਸ਼੍ਰੀ ਮਾਨ ਸੰਤ ਸੁਰਜੀਤ ਸਿੰਘ ਜੀ ਸ਼ੁਸ਼ਕਾਲੇ ਆਪਣੇ ਸਰੀਰ ਦੇ ਅੰਦਰ ਰਹਿੰਦਿਆਂ ਹੋਇਆ ਇਸ ਪਿੰਡ ਨੇ, ਇਸ ਅਸਥਾਨ ਨੇ ਬੜਾ ਪਿਆਰ ਕਰਦਾ ਸੀ। ਪਹਿਲਾਂ ਆਈਦਾ ਸੀ, ਆ ਕੇ ਹਾਜ਼ਰੀ ਲਵਾ ਕੇ ਚਲੇ ਜਾਈਦਾ ਸੀ, ਕਿਉਂਕਿ ਸੰਤ ਮਾਏ ਦਾ ਬਚਨ ਖੜਾ ਸੀ ਮੂਹਰੇ। ਇਸ ਕਰਕੇ ਅਸੀਂ